ਗੁੱਡ ਮਾਰਨਿੰਗ ਮਾਈ ਡੀਅਰ ਸਟੂਡੈਂਟਸ ਪਿਆਰੇ ਵਿਦਿਆਰਥੀਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੰਜਾਬੀ ਦੀ ਜਮਾਤ ਵਿੱਚ ਪਾਠ ਨੰਬਰ 4 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਉਹ ਜਟਾ ਆਈ ਵਿਸਾਖੀ ਇਸ ਪਾਠ ਦਾ ਉਦੇਸ਼ ਹੈ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਬਾਰੇ ਦੱਸਣਾ ਉਹ ਜਟਾ ਆਈ ਵਿਸਾਖੀ ਪਾਠ ਵਿੱਚ ਖਾਸ ਤੌਰ ਤੇ ਦੱਸਿਆ ਗਿਆ ਹੈ ਕਿ ਕਿਸਾਨ ਜੱਟ ਜੋ ਨੇ ਉਹ ਵਿਸਾਖੀ ਦੇ ਤਿਹਾੜੀ ਤੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਕਿਉਂਕਿ ਵਿਸਾਖੀ ਦੇ ਤਿਹਾੜੀ ਤੇ ਉਹਨਾਂ ਦੀ ਕਣਕ ਦੀ ਫਸਲ ਪੱਕ ਚੁੱਕੀ ਹੁੰਦੀ ਹੈ ਔਰ ਉਹਨਾਂ ਦੀ ਕਣਕ ਦੀ ਰਾਖੀ ਖਤਮ ਹੋ ਚੁੱਕੀ ਹੁੰਦੀ ਹੈ ਉਹ ਜੱਟਾਂ ਆਈ ਵਿਸਾਖੀ ਕਣਕਾਂ ਨੇ ਹੁਣ ਮੁੱਕ ਗਈ ਰਾਖੀ ਸਿੱਟਿਆਂ ਦੇ ਵਿੱਚ ਪੈ ਗਏ ਦਾਣੇ ਜੋ ਸਾਰੀ ਜਨਤਾ ਨੇ ਖਾਣੇ ਸੋਨੇ ਰੰਗੀਆਂ ਕਣਕਾਂ ਦੇਖ ਕੇ ਜੱਟਾਂ ਦੀ ਹੈ ਕਿਸਮਤ ਜਾਗੀ ਕਣਕਾਂ ਦੀ ਹੁਣ ਮੁੱਕ ਗਈ ਰਾਖੀ ਇਸ ਪੈਰੇ ਵਿੱਚ ਕੀ ਦੱਸਿਆ ਗਿਆ ਹੈ ਕਿ ਜੱਟ ਜਿਹੜੇ ਆ ਉਹ ਵਿਸਾਖੀ ਦੇ ਤਿਉਹਾਰ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦੀ ਕਣਕਾਂ ਦੀ ਰਾਖੀ ਜਿਹੜੀ ਹੁਣ ਖਤਮ ਹੋ ਚੁੱਕੀ ਹੁੰਦੀ ਹੈ ਕਣਕਾਂ ਦੇ ਜਿਹੜੇ ਸਿੱਟੇ ਨੇ ਉਹਨਾਂ ਵਿੱਚ ਦਾਣੇ ਪੈ ਚੁੱਕੇ ਹੁੰਦੇ ਹਨ ਤੇ ਜੋ ਸਾਰੀ ਜਨਤਾ ਨੇ ਮਤਲਬ ਸਾਰੇ ਲੋਕਾਂ ਨੇ ਖਾਣੇ ਹੁੰਦੇ ਹਨ ਕਣਕਾਂ ਦਾ ਜੋ ਰੰਗ ਹੈ ਉਹ ਵੀ ਕੀ ਹੈ ਸੋਨੇ ਰੰਗ ਦਾ ਹੋ ਜਾਂਦਾ ਹੈ ਇਸ ਕਰਕੇ ਜੱਟਾਂ ਦੀ ਕਿਸਮਤ ਜਿਹੜੀ ਹੈ ਜਾਗ ਜਾਂਦੀ ਹੈ ਵਿਸਾਖੀ ਦੇ ਤਿਉਹਾਰ ਤੇ ਰਾਲ ਜੱਟਾ ਨੇ ਪੰਗੜਾ ਪਾਇਆ ਚਿਹਰਿਆਂ ਉੱਪਰ ਨੂਰ ਹੈ ਸ਼ਾਇਆ ਉੱਪਰ ਲਾਵਣ ਰਾਤਾਂ ਦੀ ਹੈ ਮਿਹਨਤ ਜਾਗੀ ਕਣਕਾਂ ਦੀ ਹੁਣ ਮੁੱਕ ਗਈ ਰਾਖੀ ਕਵੀ ਕੀ ਕਹਿੰਦਾ ਹੈ ਕਿ ਵਿਸਾਖੀ ਦੇ ਤਿਉਹਾਰ ਤੇ ਰਲ ਮਿਲ ਕੇ ਜੱਟ ਕੀ ਕਰਦੇ ਆ ਪੰਗੜਾ ਪਾਉਂਦੇ ਆ ਉਹਨਾਂ ਦੇ ਚਿਹਰਿਆਂ ਉੱਪਰ ਨੂਰ ਸ਼ਾਇਆ ਹੁੰਦਾ ਹੈ ਤੇ ਉਹ ਹੇਕਾਂ ਉੱਪਰ ਹੇਕਾਂ ਲਾਉਂਦੇ ਨੇ ਰਾਤ ਨੂੰ ਕੀਤੀ ਉਹਨਾਂ ਦੀ ਜਿਹੜੀ ਮਿਹਨਤ ਹੋ ਕੀ ਹੈ ਸਫਲ ਹੋ ਜਾਂਦੀ ਹੈ ਜਿਵੇਂ ਕਿ ਤੁਸੀਂ ਇਸ ਤਸਵੀਰ ਵਿੱਚ ਵੀ ਦੇਖ ਰਹੇ ਹੋ ਔਰ ਕਣਕਾਂ ਦੀ ਰਾਖੀ ਜਿਹੜੀ ਹੈ ਵਿਸਾਖੀ ਦੇ ਤਿਉਹਾਰ ਤੇ ਖਤਮ ਹੋ ਜਾਂਦੀ ਹੈ ਇਕੱਠੇ ਹੋ ਮੇਲੇ ਨੂੰ ਜਾਂਦੇ ਰੰਗ-ਬਰੰਗੇ ਕੱਪੜੇ ਪਾਉਂਦੇ ਤੁਰਲੇ ਵਾਲੀਆਂ ਪੱਗਾਂ ਬੰਨੀਆਂ ਲਾਲ ਗੁਲਾਬੀ ਪੀਲੀ ਖਾ ਕੇ ਕਣਕਾਂ ਦੀ ਹੁਣ ਮੁੱਕ ਗਈ ਰਾਖੀ ਸਾਰੇ ਕਿਸਾਨ ਕੀ ਇਕੱਠੇ ਹੋ ਕੇ ਰਲ ਮਿਲ ਕੇ ਰੰਗ-ਬਰੰਗੇ ਕੱਪੜੇ ਪਹਿਨਦੇ ਨੇ ਔਰ ਰਲ ਮਿਲ ਕੇ ਹੀ ਮੇਲੇ ਨੂੰ ਜਾਂਦੇ ਹਨ ਉਹ ਕੀ ਕਰਦੇ ਆ ਲਾਲ, ਗੁਲਾਬੀ, ਪੀਲੇ ਤੇ ਖਾਕੀ ਰੰਗ ਦੀਆਂ ਤੁਰਲੇ ਵਾਲੀਆਂ ਪੱਗਾਂ ਬੰਨ੍ਹਦੇ ਨੇ ਕਿਉਂਕਿ ਉਹਨਾਂ ਦੀ ਕਣਕਾਂ ਦੀ ਰਾਖੀ ਹੁਣ ਖਤਮ ਹੋ ਚੁੱਕੀ ਹੁੰਦੀ ਆ ਤੇ ਉਹ ਇਸ ਦਿਨ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮਨਾਉਂਦੇ ਹਨ ਮੇਲੇ ਵਿੱਚ ਪੰਗੂੜੇ ਚੱਲਦੇ, ਆਸਮਾਨ ਨਾਲ ਗੱਲਾਂ ਕਰਦੇ ਕੁਸ਼ਤੀਆਂ ਕਬੱਡੀ ਖੇਡਾਂ ਛੱਡ ਕੇ ਫਿਕਰ ਤੇ ਫਾਕੇ ਬਾਕੀ ਕਣਕਾਂ ਦੀ ਹੁਣ ਮੁੱਕ ਗਈ ਰਾਖੀ ਮੇਲੇ ਦੇ ਵਿੱਚ ਕੀ ਇਹ ਪੰਗੂੜੇ ਚੱਲਦੇ ਨੇ ਜਿਹੜੇ ਕੀ ਆ ਬਹੁਤ ਹੀ ਜ਼ਿਆਦਾ ਉੱਚੇ ਜਾਂਦੇ ਤੇ ਆਸਮਾਨ ਦੇ ਨਾਲ ਗੱਲਾਂ ਕਰਦੀ ਐ ਕੁਸ਼ਤੀਆਂ ਕਬੱਡੀਆਂ ਦੀਆਂ ਖੇਡਾਂ ਹੁੰਦੀਆਂ ਨੇ ਤੇ ਕਿਸਾਨ ਸਾਰੇ ਫਿਕਰ ਫਾਕੇ ਉਸਤਾਈਂ ਤੇ ਪੁੱਲ ਜਾਂਦੇ ਨੇ ਉਹ ਇਸ ਤਿਹਾਰ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮਨਾਉਂਦੇ ਹਨ ਜਟੀਆਂ ਵੀ ਕਟਣਾ ਅਖਵਾਵਣ ਵੰਗਾਂ ਚੂੜੀਆਂ ਨੇ ਚੜਾਵਣ ਖੁਸ਼ੀਆਂ ਚ ਬੱਚੇ ਖੀਵੇ ਹੋ ਕੇ ਗੁਰੂਆਂ ਦੀ ਨੇ ਗਾਵਣ ਸਾਖੀ ਕਣਕਾਂ ਦੀ ਹੁਣ ਮੁੱਕ ਗਈ ਰਾਖੀ ਜਟੀਆਂ ਜਿਹੜੀਆਂ ਨੇ ਉਹ ਵੀ ਕੀ ਘੱਟ ਨਹੀਂ ਕੋਹੋਂਦੀਆਂ ਇਸ ਮੇਲੇ ਦੇ ਉੱਪਰ ਵੀ ਵੰਗਾਂ ਚੂੜੀਆਂ ਚੜਾਉਂਦੀਆਂ ਨੇ ਬੱਚੇ ਵੀ ਖੁਸ਼ੀ ਵਿੱਚ ਮਸਤ ਹੋ ਜਾਂਦੇ ਨੇ ਔਰ ਗੁਰੂਆਂ ਦੀ ਸਾਖੀ ਮਤਲਬ ਕਹਾਣੀ ਕਥਾ ਨੂੰ ਗਾਉਂਦੇ ਨੇ ਇਸ ਤਿਉਹਾਰ ਤੇ ਕਣਕਾਂ ਦੀ ਜਿਹੜੀ ਰਾਖੀ ਉਹ ਕੀ ਖਤਮ ਹੋ ਜਾਂਦੀ ਹੈ ਜਿਸ ਕਰਕੇ जाट ਜਿਹੜੇ ਨੇ ਕਿਸਾਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਸੋ ਪਿਆਰੇ ਵਿਦਿਆਰਥੀਓ ਇਸ ਪਾਠ ਵਿੱਚ ਤੁਹਾਨੂੰ ਇਹੀ ਦੱਸਿਆ ਗਿਆ ਹੈ ਖਾਸ ਤੌਰ ਤੇ ਜਿਹੜੇ ਕਿਸਾਨ ਨੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਕਿਉਂਕਿ ਇਸ ਤਿਉਹਾਰ ਤੇ ਉਹਨਾਂ ਦੀ ਕਣਕ ਦੀ ਫਸਲ ਜਿਹੜੀ ਹੈ ਪੱਕ ਚੁੱਕੀ ਹੁੰਦੀ ਹੈ ਉਹਨਾਂ ਦੀ ਮਿਹਨਤ ਦਾ ਮੋਲ ਉਹਨਾਂ ਨੂੰ ਮਿਲ ਜਾਂਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਔਖੇ ਸ਼ਬਦਾਂ ਦੇ ਅਰਥ ਜੋ ਨੇ ਉਹ ਯਾਦ ਕਰਨੇ ਨੇ ਔਰ ਇਸ ਦੀ ਬੈਕ ਐਕਸਰਸਾਈਜ਼ ਜਿਹੜੀ ਹੈ ਉਸ ਨੂੰ ਆਪਣੀ ਬੁੱਕ ਉੱਪਰ ਹੀ ਸੋਲਵ ਕਰਨਾ ਹੈ ਸੋ ਥੈਂਕ ਯੂ ਕਲਾਸ ਹੈਵ ਅ ਨਾਈਸ ਡੇ